ਬੱਚੇ ਦੀ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਵਿਦਆਊਟ ਡਰਾਈਵਿੰਗ ਲਾਇਸੈਂਸ ਵਹੀਕਲ ਨਹੀਂ ਚਲਾ ਸਕਦੇ। ਜੇ ਜਿੱਦਾਂ ਕਿ ਇੱਕ ਕਈ ਐਕਟਿਵਾ ਹੁੰਦੀ ਹੈ ਉਸਨੂੰ ਇਹ ਵਿਦਆਊਟ ਗੇਅਰ ਸਮਝ ਕੇ ਚਲਾਉਂਦੇ ਨੇ ਕਿ ਵੀ ਅਸੀਂ 16 ਸਾਲ ਤੋਂ ਬਾਅਦ ਜਿਹੜਾ ਲਾਇਸੈਂਸ ਬਣਦਾ ਹੈ ਵੀ ਉਸ 'ਤੇ ਅਸੀਂ ਚਲਾ ਸਕਦੇ। ਲੇਕਿਨ ਜਿਹੜੀ ਉਹਦੀ ਇੰਜਨ ਦੀ ਕਸ਼ਮਤਾ ਹੈ ਸਰ 110 cc ਹੈ, ਇਹ ਜਿਹੜਾ 16 ਸਾਲ ਤੋਂ ਬਾਅਦ ਲਾਇਸੈਂਸ ਬਣਦਾ ਇਹ 50 cc ਇੰਜਨ ਦਾ ਵਹੀਕਲ ਇਹ ਚਲਾ ਸਕਦੇ ਨੇ ਬੱਚੇ। ਤਾਂ ਅਸੀਂ ਇਹਨਾਂ ਕੋਲ ਇਹੀ ਸੈਮੀਨਾਰ ਲਗਾਇਆ ਕਿ ਵੀ ਜਿਹੜਾ ਇਲੈਕਟ੍ਰੀਕਲ ਵਹੀਕਲ ਹੈ ਉਹ ਯੂਜ ਕੀਤਾ ਜਾਵੇ, ਜਿਹੜੇ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ 2-ਪਹੀਆ ਵਾਹਨ ਜਾਂ 4-ਪਹੀਆ ਵਾਹਨ ਨਾ ਚਲਾਉਣ। ਔਰ ਜਦੋਂ ਕਿ ਇਹਨਾਂ ਦੇ ਪੇਰੈਂਟਸ ਨੇ ਇਹਨਾਂ ਨੂੰ ਵੀ ਅਸੀਂ ਇੱਕ ਇਹਨਾਂ ਬੱਚਿਆਂ ਨੂੰ ਮੈਸੇਜ ਦਿੱਤਾ ਹੈ ਕਿ ਵੀ ਜਦੋਂ ਤੁਹਾਡੇ ਪੇਰੈਂਟਸ ਕੋਈ ਵੀ ਵਹੀਕਲ ਚਲਾਉਂਦੇ ਹਨ ਉਹ ਸੀਟ ਬੈਲਟ, ਮੋਬਾਈਲ ਫੋਨ ਦੀ ਵਰਤੋਂ ਨਾ ਕਰਨਾ, ਅਤੇ ਔਰ ਜਿੱਦਾਂ ਕਿ ਟ੍ਰੈਫਿਕ ਰੂਲ ਦੀ ਨਿਯਮਾਂ ਦੀ ਪਾਲਣਾ। ਇਹ ਕਿੰਨੇ ਕੁ ਸਕੂਲਾਂ ਦੇ ਵਿੱਚ ਸੈਮੀਨਾਰ ਲਾ ਚੁੱਕੇ ਹਾਂ ਸਰ? ਸਰ ਅਸੀਂ 3 ਸਕੂਲਾਂ ਜਾ ਚੁੱਕੇ ਹਾਂ, 3 ਸਕੂਲ ਸਾਡ ਮੰਡੇ ਫਿਰ ਅਸੀਂ ਜਾਵਾਂਗੇ, ਉਸ ਤੋਂ ਅੱਗੇ ਵੀ ਅਸੀਂ ਜਦ ਲਗਾਤਾਰ 31 ਤਰੀਕ ਨੂੰ ਅਸੀਂ ਦਿਨ 'ਚ ਵੀ ਜੀ ਸਰ ਜਿੰਨੇ ਚੌਂਕਾਂ 'ਚ ਰੋਕ ਕੇ ਆਮ ਪਬਲਿਕ ਨੂੰ ਅਵੇਅਰ ਕਰ। 1 ਤਰੀਕ ਤੋਂ ਬਾਅਦ ਕਿਹੋ ਜਿਹਾ ਐਕਸ਼ਨ ਰਹੇਗਾ ਤੁਹਾਡਾ? 1 ਤਰੀਕ ਤੋਂ ਬਾਅਦ ਸਾਡੇ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਹੋਣਗੇ, DSP ਟ੍ਰੈਫਿਕ ਸਰਦਾਰ ਕਰਨੈਲ ਸਿੰਘ ਜੀ ਜਿਹੜੇ ਕਿ ਉਹ ਪੂਰੇ ਤਤਪਰ ਨੇ, ਉਹ ਸਾਡੇ ਜ਼ਿਲ੍ਹੇ ਦੇ ਜਿਹੜੇ ਇੰਚਾਰਜ ਨੇ ਪ੍ਰੀਤ ਇੰਦਰ ਸਿੰਘ ਜੀ, ਉਹ ਵੀ ਸਾਨੂੰ ਸਮੇਂ ਸਿਰ ਹਦਾਇਤਾਂ ਦੇ ਰਹੇ ਨੇ, ਗਰੁੱਪਾਂ 'ਚ ਪਾ ਕੇ ਲਿਖ ਕੇ ਪਾ ਰਹੇ ਨੇ ਕਿ ਵੀ ਜਿਹੜਾ ਇਹ ਪੂਰਨ ਤੌਰ 'ਤੇ ਕਾਨੂੰਨ ਨੂੰ ਧਾਰਾ 199A ਦੇ ਧਾਰਾ 199B ਦੇ ਤਹਿਤ ਇਹ ਸਾਨੂੰ ਲਾਗੂ ਕਰਾਉਣਾ ਪਵੇਗਾ। ਅਤੇ ਅਸੀਂ ਸਕੂਲਾਂ 'ਚ ਵੀ ਜਾ ਕੇ ਜੀ ਜਗ੍ਹਾ ਜਗ੍ਹਾ 'ਤੇ ਜਿਹੜੇ ਵਹੀਕਲ ਬਾਹਰ ਖੜ੍ਹਦੇ ਨਹੀਂ ਆਏ ਅਸੀਂ ਉਹਨਾਂ ਨੂੰ ਲਾਗੂ ਕਰਾਉਣਾ। ਸਰ ਜੀ ਜਿਹੜੇ 3-ਵੀਲਰ ਹੈਗੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਬੱਚੇ ਲੱਦੇ ਵੇ ਹੋਣੇ, ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਸਰ? ਅੱਜ ਜਿਹੜੀ ਵੀ ਮੈਂ ਇਹ ਵਿੱਚ ਸੈਮੀਨਾਰ ਦੇ ਵੀ ਕਿਹਾ ਵੀ ਜਿਸ ਕੋਲ ਕਿਸੇ ਕੋਲ ਫਿਟਨੈਸ ਨਹੀਂ ਹੈ ਉਹ ਵਹੀਕਲ ਨਾ ਲਿਆ ਜਾਵੇ, ਜੇਕਰ ਉਹ ਸਾਨੂੰ ਮਿਲੇਗਾ ਤਾਂ ਸਾਡੇ ਕੋਲ ਇੱਕ ਮਾਨਯੋਗ ADGP ਟ੍ਰੈਫਿਕ ਦਾ ਪੱਤਰ ਆਇਆ ਹੋਇਆ ਜੀ ਕਿ ਵੀ ਇਹ ਵਹੀਕਲਾਂ ਚੈਕਿੰਗ ਕਰੋ। ਉਹਨਾਂ ਦੀ ਚੈਕਿੰਗ ਕਰਨ ਦੌਰਾਨ ਜੇਕਰ ਸਾਨੂੰ ਕੋਈ ਵੀ ਫਿਟਨੈਸ ਤੋਂ ਬਿਨਾਂ ਜਾਂ ਓਵਰਲੋਡਿੰਗ ਜਾਂ ਕਿ ਜਿਹੜਾ ਬਿਨਾਂ ਕਾਗਜ਼ਾਂ 'ਤੇ ਕੋਈ ਵਹੀਕਲ ਮਿਲੇਗਾ ਤਾਂ ਅਸੀਂ ਜਿੱਦਾਂ ਉਹਨਾਂ ਕੋਲ ਰਜਿਸਟ੍ਰੇਸ਼ਨ ਉਸ ਮੌਕੇ 'ਤੇ ਡਰਾਈਵਿੰਗ ਲਾਇਸੈਂਸ ਹੋਏਗਾ ਤਾਂ ਉਹਨਾਂ ਦਾ ਚਲਾਨ ਕੀਤਾ ਜਾਏਗਾ, ਅਤੇ ਜੇਕਰ ਉਹਨਾਂ ਕੋਲ ਇਹ ਕਾਗਜ਼ਾਤ ਨਾ ਪਾਏ ਗਏ ਤਾਂ ਉਹਨਾਂ ਨੂੰ ਬੰਦ ਕੀਤਾ। ਸਰ ਜੀ ਜਿਹੜੀਆਂ ਸਕੂਲਾਂ ਦੇ ਵਿੱਚ ਬੱਸਾਂ ਲੱਗੀਆਂ ਹੈਗੀਆਂ ਜਿਹੜੇ ਬੱਚਿਆਂ ਨੂੰ ਲੈ ਕੇ ਜਾਂਦੀਆਂ, ਉਹ ਕੀ ਉਹਦੇ ਵਿੱਚ ਜ਼ਰੂਰੀ ਹੈ ਜੀ? ਦੇਖੋ ਸਪੀਡ ਗਵਰਨਰ ਅਤੇ ਇੱਕ ਮੇਲ, ਜਿੱਦਾਂ ਕਿ ਮੇਲ ਡਰਾਈਵਰ ਹੈ ਤਾਂ ਫੀਮੇਲ ਨਾਲ ਅਟੈਂਡੈਂਸ ਹੋਣਾ ਚਾਹੀਦਾ ਜੀ, ਉਹ ਤਾਂ ਜੋ ਉਹ ਇੱਕ ਸਪੀਡ ਗਵਰਨਰ ਹੋ ਗਿਆ, ਕੈਮਰਾ ਹੋ ਗਿਆ, ਅਤੇ ਉਹਦੇ ਇੰਸ਼ੋਰੈਂਸ ਚੈੱਕ ਕਰਕੇ ਉਹਦੇ ਜਿੱਦਾਂ ਕਿ ਫਿਟਨੈਸ ਹੋਵੇ, ਪ੍ਰਦੂਸ਼ਣ ਸਰਟੀਫਿਕੇਟ, ਉਹਦੇ ਪੰਜਾਬ ਦਾ ਟੈਕਸ ਹੈ ਉਹ ਸਹੀ ਭਰਿਆ ਹੋਣਾ ਚਾਹੀਦਾ। ਕੋਈ ਡਰਾਈਵਰ ਦੀ ਕੋਈ ਯੂਨੀਫਾਰਮ ਵਗੈਰਾ? ਡਰਾਈਵਰ ਯੂਨੀਫਾਰਮ ਵੀ ਹੋਣੀ ਚਾਹੀਦੀ ਹੈ, ਅਤੇ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਡਰਾਈਵਿੰਗ ਲਾਇਸੈਂਸ ਉਹਦਾ, 5 ਸਾਲ ਦਾ ਬਣਿਆ ਹੋਵੇ ਅਤੇ ਤਾਂ ਹੀ ਉਹ ਸਕੂਲ ਦੀ ਜਿਹੜੀ ਬੱਸ ਉਹ ਚਲਾ ਸਕਦੇ। ਇਹਨਾਂ ਟਰਾਂਸਪੋਰਟਰਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਸਰ ਤੁਸੀਂ? ਟਰਾਂਸਪੋਰਟਾਂ ਨੂੰ ਸਰ ਇਹੀ ਹੈ ਜੀ, ਦੇਖ ਬੱਚਿਆਂ ਨੂੰ ਵੀ ਇਸ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਅਪੀਲ ਕਰਾਂਗਾ ਬੱਚਿਆਂ ਦੇ ਮਾਤਾ ਪਿਤਾ ਨੂੰ ਕੀ ਕਰਾਂਗਾ ਵੀ ਤੁਸੀਂ ਥੋੜ੍ਹੇ ਜਿਹੇ ਪੈਸੇ ਦੇ ਲਾਲਚ ਕਰਕੇ ਕਿ ਇੱਕ ਇਹੋ ਜਿਹਾ ਵਹੀਕਲ ਕੰਡਮ ਵਹੀਕਲ ਲਗਾ ਲੈਂਦੇ ਨੇ, ਇੱਕ ਐਮ ਪਰਿਵਾਹਨ ਦੇ ਉੱਤੇ ਚੈੱਕ ਕਰਕੇ ਤਾਂ ਵਹੀਕਲ ਦੀ ਫਿਟਨੈਸ ਉਹਦੇ ਸਾਰੇ ਕਾਗਜ਼ਾਂ ਚੈੱਕ ਕੀਤੇ ਜਾਣ, ਜੇਕਰ ਪੂਰੇ ਆ ਤਾਂ ਹੀ ਉਹ ਬੱਚੇ ਨੂੰ ਉਸ 'ਤੇ ਸੇਫਲੀ ਬਿਠਾਇਆ ਜਾਵੇ। ਸਰ ਜੀ ਇਹ ਤਾਂ ਜਿਹੜੇ ਸਕੂਲ ਦੇ ਜਿੱਥੇ ਜਿਹਨਾਂ ਸਕੂਲਾਂ ਦੇ ਵਿੱਚ ਲੱਗੇ ਹੈਗੇ ਉਹਨੂੰ ਚੈੱਕ ਕਰਨੇ ਚਾਹੀਦੇ ਆ ਸਰ? ਸਰ ਜਿਹੜੇ ਮਾਨਯੋਗ ਜਿਹੜੇ ਸਾਡੇ ਰਾਜਪੁਰਾ ਦੇ ਸਕੂਲਾਂ ਨੇ, ਜਿੰਨੇ ਵੀ ਨੇ ਸਕੂਲ ਨੇ ਜੀ, ਇਹਨਾਂ ਦੇ ਡਾਇਰੈਕਟਰ ਪ੍ਰਿੰਸੀਪਲਾਂ ਨਾਲ ਵੀ ਸਾਡੀ ਮੀਟਿੰਗ ਹੋਈ ਹੈ, ਅਤੇ ਅਸੀਂ ਅੱਗੇ ਤੋਂ ਵੀ ਜਿਸ ਜਾ ਰਹੇ ਹਾਂ, ਜਿੱਦਾਂ ਅੱਜ ਵੀ ਸ਼੍ਰੀ ਧਰਮਪਾਲ ਜੀ ਨਾਲ, ਵਰਮਾ ਜੀ ਨਾਲ ਵੀ ਸਾਡੀ ਮੀਟਿੰਗ ਹੋਈ ਹੈ, ਅਤੇ ਇਹਨਾਂ ਨੂੰ ਵੀ ਅਸੀਂ ਦੱਸਿਆ, ਇਹ ਵੀ ਇਸ ਗੱਲ 'ਤੇ ਜੀ ਆਪਣੇ ਸਾਰੇ ਅਧਿਆਪਕਾਂ ਨੂੰ ਇਹ ਗੌਰ ਫਰਮਾਉਣਗੇ, ਔਰ ਇਹ ਕਹਿਣਗੇ ਵੀ ਅੱਗੇ ਬੱਚਿਆਂ ਨੂੰ ਵੀ ਅਪੀਲ ਕਰਨਗੇ, ਤਾਂ ਅਸੀਂ ਵੀ ਜਾ ਕੇ ਸਾਰੇ ਸਕੂਲਾਂ ਦੇ ਡਾਇਰੈਕਟਰ ਨੂੰ ਅਤੇ ਪ੍ਰਿੰਸੀਪਲਾਂ ਨੂੰ ਇਹ ਅਪੀਲ ਲੈ ਕੇ ਜਾਵਾਂਗੇ, ਔਰ ਆਪਾਂ ਆਸ ਕਰਾਂਗੇ ਕਿ ਪੂਰਾ ਇਹ ਜਿਹੜੇ ਸਕੂਲਾਂ ਦੇ ਸਾਡੇ ਸਾਰਾ ਸਾਥ ਹੋਏਗਾ, ਔਰ ਸਾਡੇ ਪਬਲਿਕ ਦਾ ਵੀ ਸਾਥ ਚਾਹੀਦਾ, ਬੱਚਿਆਂ ਦਾ ਵੀ ਸਾਥ ਚਾਹੀਦਾ, ਸਾਡਾ ਸਾਥ ਦਿੰਦੇ ਰਹਿਣਗੇ, ਤਾਂ ਸਾਡਾ ਇੱਕ ਸ਼ਹਿਰ ਹੈ ਜਿਹੜਾ ਰਾਜਪੁਰਾ ਸ਼ਹਿਰ ਹੈ, ਇਸ ਨੂੰ ਅਸੀਂ ਇੱਕ ਬਹੁਤ ਵਧੀਆ ਨਮੂਨਾ ਪੇਸ਼ ਕਰਕੇ ਤਾਂ ਪਬਲਿਕ ਨੂੰ ਇਹ ਦੱਸਾਂਗੇ ਕਿ ਰਾਜਪੁਰੇ ਦੇ ਵੇਖ ਕੇ ਦੇਖੋ ਜੀ, ਆ ਕੇ ਤੁਸੀਂ ਚੈੱਕ ਕਰ ਸਕਦੇ, ਸਾਡੇ ਬਹੁਤ ਹੀ ਵਧੀਆ ਵਹੀਕਲ ਨੇ ਔਰ ਵਧੀਆ ਬੱਚੇ ਸਾਡੇ ਬਹੁਤ ਅੱਛੇ। ਪੁਲਿਸ ਡਿਪਾਰਟਮੈਂਟ ਨੇ ਸਾਡੇ ਸਕੂਲ 'ਚ ਟ੍ਰੈਫਿਕ ਰੂਲਸ ਦੇ ਬਾਰੇ 'ਚ, ਟ੍ਰੈਫਿਕ ਦੇ ਨਵੇਂ ਨਿਯਮਾਂ ਦੇ ਬਾਰੇ 'ਚ ਬੱਚਿਆਂ ਨੂੰ ਜਾਣਕਾਰੀ ਦੇਣ ਵਾਸਤੇ ਸੈਮੀਨਾਰ ਲਗਾਇਆ,
ਔਰ ਪਹਿਲਾਂ ਡਿਸਕਸ਼ਨ ਕੀਤੀ, ਉਸ ਤੋਂ ਬਾਅਦ ਬੱਚਿਆਂ ਨੂੰ ਦੱਸਿਆ ਕਿ 18 ਸਾਲ ਦੀ ਉਮਰ ਤੋਂ ਘੱਟ 110 CC ਤੋਂ ਜਾਂ 110 CC ਜਾਂ 110 CC ਤੋਂ ਵੱਧ ਪਾਵਰ ਵਾਲੇ ਕੋਈ ਵਹੀਕਲ ਬਿਨਾਂ ਲਾਇਸੈਂਸ ਦੇ ਨਹੀਂ ਚਲਾ ਸਕਦੇ। ਜੇ ਚਲਾਉਣਗੇ ਤਾਂ ਉਹਨਾਂ ਨੂੰ ਅਤੇ ਉਹਨਾਂ ਦੇ ਮਾਂ ਬਾਪ ਨੂੰ ਜੁਰਮਾਨਾ ਅਤੇ ਕੈਦ ਦੀ ਸਜ਼ਾ ਹੋ ਸਕਦੀ ਹੈ। ਇਸ ਕਰਕੇ ਬੱਚਿਆਂ ਨੂੰ ਆਪਣੀ ਜਾਨ ਦੀ ਸੁਰੱਖਿਆ ਵਾਸਤੇ ਅਤੇ ਸਮਾਜ ਦੇ ਹੋਰ ਲੋਕਾਂ ਦੀ ਸੁਰੱਖਿਆ ਵਾਸਤੇ ਉਹਨਾਂ ਨੇ ਸ਼ਿਕਸ਼ਾ ਦਿੱਤੀ ਕਿ ਟ੍ਰੈਫਿਕ ਨਿਯਮ ਨਵੇਂ ਰੂਲਸ ਦੇ ਮੁਤਾਬਕ ਤੁਸੀਂ ਆਪਣੇ ਆਪ ਨੂੰ ਟਾਲੋ ਅਤੇ ਆਪਣੇ ਆਪ ਨੂੰ ਨਵੇਂ ਰੂਲਸ ਦੇ ਮੁਤਾਬਕ ਆਪਣੇ ਆਪ ਨੂੰ ਸੰਭਾਲੋ ਤਾਂ ਕਿ ਸਭ ਲੋਕਾਂ ਦਾ ਸਾਰੇ ਸਮਾਜ ਦਾ ਜਿਹੜਾ ਕਲਿਆਣ ਹੋਵੇ ਔਰ ਸਾਰੇ ਸਮਾਜ ਦੀ ਸੁਰੱਖਿਆ ਬਰਕਰਾਰ ਰਹੇ। ਹੋਰ ਡਿਊਟੀ ਲੱਗੀ ਹੋਈ ਉੱਪਰੋਂ ਅੱਜ ਜੋ ਸਾਡੇ ਟ੍ਰੈਫਿਕ ਇੰਚਾਰਜ ਸਾਹਿਬ ਗੁਰਬਚਨ ਜੀ ਅਤੇ ਸਾਰੇ ਟ੍ਰੈਫਿਕ ਦੀ ਟੀਮ ਦੇ ਸਾਰੇ ਮੈਂਬਰਾਂ ਦੇ ਨਾਲ ਜੋ ਸੈਮੀਨਾਰ ਲਾਇਆ ਹੈ ਉਹ ਬੱਚਿਆਂ ਨੂੰ ਜਿਹੜੀ ਸਾਨੂੰ ਹਿਦਾਇਤ ਆਈ ਸੀ 18 ਸਾਲ ਤੋਂ ਘੱਟ ਬੱਚੇ ਜੋ ਕਿ ਅਗਰ 1 ਤਰੀਕ ਤੋਂ ਬਾਅਦ ਕੋਈ ਵੀ ਬੱਚਾ ਫੜਿਆ ਜਾਂਦਾ ਹੈ ਉਸ 'ਤੇ 25,000 ਰੁਪਏ ਜੁਰਮਾਨਾ ਅਤੇ ਨਾਲ ਹੀ 3 ਸਾਲ ਦੀ ਕੈਦ ਦਾ ਵੀ ਜਿਹੜਾ ਕਾਨੂੰਨ ਬਣਾਇਆ ਗਿਆ ਉਸ ਬਾਰੇ ਅਸੀਂ ਦੱਸਣ ਆਏ ਸੀ ਅਤੇ ਜੋ ਵੀ ਸਾਨੂੰ ਡਿਊਟੀ ਮਿਲੀ ਵੀ ਹੈ ਜੋ ਵੀ ਸਾਨੂੰ ਹਿਦਾਇਤਾਂ ਮਿਲੀ ਵੀ ਹੈ ਮਾਨਯੋਗ SSP ਸਾਹਿਬ ਪਟਿਆਲਾ ਤੋਂ ਅਤੇ DSP ਸਾਹਿਬ ਜਿਹੜੇ ਹੈ ਟ੍ਰੈਫਿਕ ਪਟਿਆਲਾ ਤੋਂ ਅਸੀਂ ਸਾਰੇ ਬੱਚਿਆਂ ਨੂੰ ਦੱਸਿਆ। ਸਮਝ ਮੈਂ ਆਇਆ ਸੈਮੀਨਾਰ ਥਾ ਆਪਕੇ ਸਕੂਲ ਮੇਂ ਕੈਸਾ ਲਗਾ ਪਹਿਲੇ ਤੋ ਯੇ ਬਤਾਓ ਆਪ। ਸਰ ਸੈਮੀਨਾਰ ਬਹੁਤ ਅੱਛਾ ਥਾ ਔਰ ਆਪ ਲੋਗੋਂ ਨੇ ਹਮੇਂ ਬਹੁਤ ਕੁਛ ਸਿਖਾਇਆ ਵੀ ਹੈ ਔਰ ਮਤਲਬ ਇਤਨੀ ਸਾਰੀ ਇਹਨਾਂ ਨੇ ਇੰਸਟ੍ਰਕਸ਼ਨ ਦੀ ਅਵੇਅਰ ਕੀਆ ਕਿ ਹਮੇਂ ਮੋਟਰ ਵਹੀਕਲਸ ਨਹੀਂ ਚਲਾਉਣੇ ਚਾਹੀਏ 18 ਈਅਰਸ ਸੇ ਜੋ ਬਿਲੋ ਹੈ ਔਰ ਜੋ ਚਲਾ ਸਕਤੇ ਹੈ ਵੋ 16 ਈਅਰਸ ਕੇ ਬਾਅਦ ਡਰਾਈਵਿੰਗ ਲਾਇਸੈਂਸ ਪਰ ਚਲਾ ਸਕਤੇ ਔਰ 50 CC ਕਾ ਹੀ ਇੰਜਨ ਯੂਜ਼ ਕਰ ਸਕਤੇ ਹੈ ਅਗਰ ਉਸਸੇ ਜ਼ਿਆਦਾ ਯੂਜ਼ ਕਰੇਂਗੇ ਤੋ ਪਨਿਸ਼ਮੈਂਟ ਮਿਲੇਗੀ। ਆਪ ਕੌਨ ਸੇ ਵਹੀਕਲ ਪੇ ਆਤੇ ਹੈਂ? ਮੈਂ ਬਾਈਫੁੱਟ ਆਤਾ ਹੂੰ। ਅੱਛਾ, ਕਭੀ ਆਪਨੇ ਡਿਮਾਂਡ ਕੀ ਹੋ ਆਪਣੇ ਪੇਰੈਂਟਸ ਸੇ? ਨਹੀਂ, ਬਿਲਕੁਲ ਨਹੀਂ। ਠੀਕ ਹੈ। ਸੀਤਾ, ਮੈਂ ਪਲੱਸ 2 ਤੋਂ ਅਸਾਂ ਬੇਟਾ ਮੈਨੇ ਯੇ ਕੁਸ਼ਚਨ ਪੁੱਛਾ ਕਿ ਆਪਕੋ ਯੇ ਸਮਝ ਮੇਂ ਆਇਆ ਸੈਮੀਨਾਰ ਮੇਂ ਕਿ 16 ਸਾਲ ਕਾ ਬੱਚਾ ਜੋ ਹੈ ਔਰ ਕੌਨ ਸੇ ਲਾਇਸੈਂਸ ਪੇ ਵਹੀਕਲ ਚਲਾ ਸਕਤਾ ਹੈ ਔਰ 18 ਸਾਲ ਕਾ ਬੱਚਾ ਕੌਨ ਸੇ ਵਹੀਕਲ ਸੇ? ਜੋ 16 ਈਅਰਸ ਹੈ ਵੋ ਹਮਾਰਾ ਬੱਚਾ ਹੈ ਵੋ ਲਰਨਿੰਗ ਲਾਇਸੈਂਸ ਬਣਵਾ ਕੇ ਐਸੇ ਵਹੀਕਲ ਚਲਾ ਸਕਤਾ ਹੈ ਜਿਨਕਾ ਇੰਜਨ ਜੋ ਹੈ 50 CC ਸੇ ਕਮ ਪਾਵਰ ਕਾ ਔਰ ਇਲੈਕਟ੍ਰੀਕਲ ਵਹੀਕਲ ਵੀ ਆਰਾਮ ਸੇ ਡਰਾਈਵ ਕਰ ਸਕਤਾ ਅਗਰ ਉਹ ਸਾਰੇ ਟ੍ਰੈਫਿਕ ਰੂਲਸ ਸੇਫਲੀ ਫੋਲੋ ਕਰਤਾ ਔਰ ਉਸਕੇ ਬਾਅਦ ਸਾਰੇ ਡਾਕੂਮੈਂਟਸ ਪੂਰੇ ਹੈ। ਅਗਰ ਬੱਚਾ ਜੋ ਹੈ 18 ਈਅਰਸ ਸੇ ਅਬਵ ਹੈ ਤੋ ਉਹ ਜੋ ਲੀਗਲ ਵਹੀਕਲਸ ਹੈ ਜੈਸੇ ਕਿ ਜੋ ਹਮਾਰੇ ਰਜਿਸਟਰਡ ਮੋਟਰਸਾਈਕਲਸ ਹੋਤੇ ਹੈ ਜਿਸਕਾ ਸਾਇਲੈਂਸਰ ਵਗੈਰਾ ਚੇਂਜ ਨਹੀਂ ਹੈ ਉਹ ਆਰਾਮ ਸੇ ਡਰਾਈਵ ਕਰ ਸਕਤਾ ਹੈ। ਹਮ ਯੇ ਜਾਨਣਾ ਚਾਹੇਂਗੇ ਕਿ ਅਗਰ ਕੋਈ ਬੱਚਾ 1 ਤਰੀਕ ਕੇ ਬਾਅਦ ਮੇਂ ਸਕੂਲ ਕੇ ਬਾਹਰ ਵਹੀਕਲ ਕੇ ਸਾਥ ਪਕੜਾ ਜਾਤਾ ਹੈ ਤੋ ਉਸਕੋ ਕਿਆ ਸਜ਼ਾ ਮਿਲੇਗੀ ਜਾਂ ਉਸਕੇ ਪੇਰੈਂਟਸ ਕੋ ਕਿਆ ਸਜ਼ਾ ਮਿਲੇਗੀ? ਅਗਰ ਕੋਈ ਐਸੇ ਪੁਲਿਸ ਸਮੇਂ ਪਕੜਤੀ ਹੈ ਤੋ ਉਸਕੋ ਸਭਸੇ ਪਹਿਲੀ ਪੈਨਲਟੀ ਹੈ 25,000 ਦੀ ਔਰ ਸਾਥ ਮੇਂ ਜੋ ਪੇਰੈਂਟਸ ਹੈ ਉਸਕੇ ਉਨਕੋ 3 ਈਅਰਸ ਕੀ ਜੇਲ ਹੈ। ਹਾਂਜੀ ਜੀ। ਤੋ ਕਿਆ ਕਹਿਣਾ ਚਾਹੇਂਗੇ ਆਪ ਕਿਸ ਪੇ ਆਤੇ ਹੋ? ਮੈਂ ਇਲੈਕਟ੍ਰਿਕ ਵਹੀਕਲ ਪੇ ਆਤਾ ਹੂੰ ਸਰ। ਠੀਕ ਹੈ, ਆਪ ਕਿਆ ਕਹਿਣਾ ਚਾਹੇਂਗੇ ਉਨ ਸਟੂਡੈਂਟਸ ਕੇ ਜੋ ਇੱਧਰ ਦਾਏ ਬਾਏ ਸਕੂਟਰ ਖੜਾ ਕਰਕੇ ਆ ਜਾਤੇ ਹੈ ਉਹ ਸੋਚਤੇ ਵੀ ਹਮੇਂ ਕੁਛ ਦੇਖ ਨਹੀਂ ਰਹਾ? ਤੋ ਜੋ ਸਟੂਡੈਂਟਸ ਹੈ ਜੋ ਇੱਧਰ ਅਲੱਗ ਅਲੱਗ ਜਗ੍ਹਾ ਪਰ ਆਪਣੇ ਵਹੀਕਲਸ ਖੜੇ ਕਰ ਦਿੱਤੇ ਹੈ ਸਰ, ਪਹਿਲੀ ਵਾਰ ਤਾਂ ਇਹ ਚੀਜ਼ ਬਹੁਤ ਗਲਤ ਹੈ। ਉਨਕੀ ਸੇਫਟੀ ਕੇ ਲੀਏ ਉਨਕੇ ਪੇਰੈਂਟਸ ਕੀ ਜੋ ਸੇਫਟੀ ਹੈ ਜੋ ਉਨਕੀ ਖੁਦ ਕੀ ਸੇਫਟੀ ਹੈ ਉਸਕੇ ਲੀਏ ਇਹ ਚੀਜ਼ ਬਹੁਤ ਗਲਤ ਹੈ, ਇਸਕੋ ਹਮੇਂ ਇੰਪਰੂਵ ਕਰਨਾ ਚਾਹੀਏ। ਠੀਕ।